ਹਾਂਜੀ ਸਤਸੰਗ ਜੀਓ, ਆਪਾਂ ਕੁਛ ਵਿਚਾਰਾਂ ਕਰਨੀਆਂ ਕਿ ਆਪਾਂ ਕਦੀ ਇਕੱਠੇ ਜਿੱਦਾਂ ਬੈਠ ਸਕਦੇ ਹਾਂ। ਜੋ ਆਪਾਂ ਦੇਖੀਦਾ ਨਾ, ਜਿੱਦਾਂ ਗੁਰਪੁਰਬ ਆਪਾਂ ਮਨਾਏ ਜਾਂਦੇ ਗੁਰੂ ਸਾਹਿਬਾਂ ਦੇ, ਗੁਰੂ ਰਵਿਦਾਸ ਮਹਾਰਾਜ ਜੀ ਦਾ, ਆਪਣੇ ਪੰਜਾਬ ਦੀ ਗੱਲ ਕਰੀਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਗੁਰਪੁਰਬ ਮਨਾਇਆ ਜਾਂਦਾ ਸ਼ਰਧਾ ਨਾਲ। ਭਗਵਾਨ ਵਾਲਮੀਕ ਮਹਾਰਾਜ ਜੀ ਦਾ ਬਹੁਤ ਪਿਆਰ ਨਾਲ ਮਨਾਉਂਦੀਆਂ ਸੰਗਤਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਅਤੇ ਉੱਥੇ ਚਾਅ ਵੀ ਹੁੰਦਾ ਆਪਾਂ ਨੂੰ ਗੁਰਪੁਰਬ ਦਾ। ਪਰ ਦੇਖਣ ਵਿੱਚ ਕੀ ਆਉਂਦਾ ਕਿ ਜਦੋਂ ਸਤਿਗੁਰ ਰਵਿਦਾਸ ਮਹਾਰਾਜ ਦਾ ਗੁਰਪੁਰਬ ਆਉਂਦਾ, ਜ਼ਿਆਦਾਤਰ ਆਪਣਾ ਜਿੱਦਾਂ ਆਧਰਮੀ ਭਾਈਚਾਰਾ ਹੁੰਦਾ, ਹੋਰ ਸੰਗਤਾਂ ਬਹੁਤ ਘੱਟ ਦਿਸਦੀਆਂ। ਜਦੋਂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਆਉਂਦਾ, ਉਦੋਂ ਵਾਲਮੀਕ ਭਾਈਚਾਰਾ ਹੁੰਦਾ ਵਿੱਚ, ਅਤੇ ਬਹੁਤ ਸੰਗਤਾਂ ਬਾਕੀ ਘੱਟ ਦਿਸਦੀਆਂ। ਅਤੇ ਜਦੋਂ ਮੈਂ ਉੱਦਾਂ ਇਸ ਟੋਪਿਕ 'ਤੇ ਬਹੁਤ ਗੱਲਾਂ ਕਰਦਾ ਰਹਿੰਦਾ ਉਹਨਾਂ ਦੀਵਾਨ ਵਿੱਚ ਵੀ, ਸਤਸੰਗ ਵਿੱਚ ਵੀ, ਜਦੋਂ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਮਨਾਉਂਦੇ ਹਾਂ, ਪਿੰਡਾਂ ਦੇ ਤਾਂ ਜ਼ਿਆਦਾਤਰ ਆਪਾਂ ਦੇਖੀਦਾ ਜੱਟ ਭਾਈਚਾਰਾ ਹੁੰਦਾ, ਹੋਰ ਸੰਗਤਾਂ ਬਹੁਤ ਘੱਟ ਦਿਸਦੀਆਂ। ਇੱਦਾਂ ਕਾਹਤੋਂ ਆ ਭਲਾ? ਕਿਉਂਕਿ ਅਸੀਂ ਗੁਰੂਆਂ ਨੂੰ ਵੰਡਿਆ ਹੋਇਆ ਬੜਾ ਕੁਛ, ਜਾਣੀ ਸਾਡੇ ਅੰਦਰ ਖਾਰਾ ਆ। ਦੇਖੋ ਸਾਡੇ ਗੁਰੂ ਸਾਹਿਬ ਹੈ ਨਾ, ਸਾਡੇ ਅੰਦਰ ਉਹ ਚੀਜ਼ਾਂ ਕੱਢਣ ਵਾਸਤੇ ਆਏ, ਅਸੀਂ ਉਹ ਚੀਜ਼ਾਂ ਆਪਣੇ ਅੰਦਰ ਰੱਖੀਆਂ ਹੋਈਆਂ। ਸਾਡੇ ਦਿਮਾਗ ਵਿੱਚ ਇਹ ਆ ਕਿ ਜਾਣੀ ਜਿੱਦਾਂ ਮੈਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨ ਲਓ ਮੰਨਦਾ ਹਾਂ, ਅਤੇ ਹੋਰ ਤਾਂ ਹੈ ਹੀ ਕੁਛ ਨਹੀਂ ਨਾ, ਹੋਰ ਤਾਂ ਅਹਿਮੀਅਤ ਰੱਖਦੇ ਹੀ ਨਹੀਂ। ਇੱਦਾਂ ਦੀਆਂ ਸੋਚਾਂ ਬਣੀਆਂ ਮੇਰੇ ਨਾਲ। ਜਿੱਦਾਂ ਕੋਈ ਜੀਵਨ ਦੇ ਵਿੱਚ ਕੋਈ ਬੀਤ ਦੀ ਗੱਲ ਤਾਂ ਮੈਨੂੰ ਹੁੰਦਾ ਕਿ ਜਾਣੀ ਇਹ ਸਾਰੀਆਂ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ। ਸਾਡੀ ਮਾਨਸਿਕਤਾ ਇੰਨੀ ਥੱਲੇ ਡਿੱਗ ਚੁੱਕੀ ਆ ਬੜਾ। ਇੱਦਾਂ ਕਈ ਵਾਰੀ ਜਦੋਂ ਇੱਦਾਂ ਦਾ ਕੁਛ ਬੀਤਦਾ ਆਪਣੇ ਨਾਲ, ਤਾਂ ਫਿਰ ਇੱਦਾਂ ਲੱਗਦਾ ਵੀ ਕਦੋਂ ਬੈਠੋਂਗੇ ਆਪਾਂ ਇਕੱਠੇ, ਹੈ ਨਾ। ਪਹਿਲੀ ਗੱਲ ਤਾਂ ਜਾਣੀ ਸਾਡੇ ਪ੍ਰਚਾਰਕਾਂ ਦਾ ਵੀ ਬੜਾ ਕਸੂਰ ਆ, ਦਿਮਾਗ ਵਿੱਚ ਇੱਦਾਂ ਦੀਆਂ ਗੱਲਾਂ ਭਰੀਆਂ ਹੋਈਆਂ ਵੀ ਗੱਲਾਂ ਹੀ ਛੱਡ ਦਿਉ। ਅਸੀਂ ਧਰਮਾਂ ਦੇ ਵਿੱਚ ਵੰਡ ਲਿਆ ਆਪਣੇ ਆਪ ਨੂੰ ਵੀ, ਅਤੇ ਮਹਾਰਾਜ ਜੀ ਨੂੰ ਵੀ। ਜਦ ਤੱਕ ਮਹਾਰਾਜ ਜੀ ਦੀ ਬਾਣੀ ਕਹਿੰਦੀ ਵੀ ਧਰਮ ਕਿਹੜਾ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਕਹਿੰਦੇ ਸਾਰਿਆਂ ਧਰਮਾਂ ਨਾਲੋਂ ਉੱਚਾ ਅਤੇ ਸੁੱਚਾ ਇੱਕੋ ਧਰਮ ਆ, ਹਰ ਕੋ ਨਾਮ ਜਪ ਨਿਰਮਲ ਕਰਮ। ਮਹਾਰਾਜ ਦਾ ਨਾਮ ਜਪਿਆ ਕਰ, ਚੰਗੇ ਕਰਮ ਕਰਿਆ ਕਰ, ਤੂੰ ਧਰਮੀ ਆ। ਝਗੜੇ ਵਾਲੇ ਨੂੰ ਥੋੜ੍ਹਾ ਧਰਮੀ ਕਿਹਾ, ਅਤੇ ਹੁਣ ਦੇ ਸਮੇਂ ਵਿੱਚ ਜਿਹੜਾ ਕਹਿੰਦਾ ਮੈਂ ਧਰਮੀ ਆ, ਉਹ ਦੂਸਰੇ ਨੂੰ, ਜਾਣੀ ਜਿਹਨੂੰ ਮੰਨਦਾ ਦੂਸਰੇ ਨੂੰ ਸਮਝਦਾ ਕੱਖ ਨਹੀਂ। ਮੈਂ ਛੋਟੇ ਹੁੰਦੇ ਦੀਆਂ ਗੱਲਾਂ ਯਾਦ ਆਉਂਦੀਆਂ ਹੁੰਦੀਆਂ, ਉਦੋਂ ਜੇ ਨਾ ਕਿਸੇ ਨੇ ਇੱਦਾਂ ਗਾਲ ਕੱਢਣੀ ਮਾਂ ਪੇ ਦੀ, ਅਤੇ ਆਪਾਂ ਬੜੀ ਛੇਤੀ ਕਹੀਦਾ ਬਈ ਮਾਂ ਪੇ 'ਤੇ ਨਾ ਜਾਈ। ਜਾਣੀ ਅਸੀਂ ਸਾਡੀ ਹੁਣ ਇੰਨੀ ਬਿਰਤੀ ਥੱਲੇ ਡਿੱਗ ਚੁੱਕੀ ਆ, ਅਸੀਂ ਜਾਣੀ ਮਾਂ ਪੇ 'ਤੇ ਵੀ ਜਾਂਦੇ ਹਾਂ, ਅਸੀਂ ਗੁਰੂਆਂ 'ਤੇ ਵੀ ਚਲ ਜਾਂਦੇ ਹਾਂ, ਉਹਨਾਂ ਨੂੰ ਵੀ ਮਾੜਾ ਚੰਗਾ ਬੋਲਦੇ ਹਾਂ ਦੂਸਰੇ। ਸਾਨੂੰ ਇਹ ਨਹੀਂ ਪਤਾ ਜੇ ਉਸ ਗੁਰੂ ਸਾਹਿਬ ਨੂੰ ਬੋਲਦੇ ਹਾਂ, ਤਾਂ ਸਮਝ ਲਾ ਤੂੰ ਆਪਣੇ ਗੁਰੂ ਨੂੰ ਬੋਲ ਰਿਹਾ ਆ। ਹੁਣ ਆਪਣੇ ਮਾਪੇ ਆ, ਆਪਣੇ ਮਾਪਿਆਂ ਨੇ ਸਾਨੂੰ ਸਿੱਖਿਆ ਕਿੱਦਾਂ ਦੀ ਦਿੱਤੀ ਆ, ਉਹ ਸਾਡੀ ਬੋਲੀ ਤੋਂ ਅਤੇ ਸਾਡੇ ਕੰਮਕਾਰ ਤੋਂ, ਸਾਡੇ ਚਾਲ ਚੱਲਣ ਤੋਂ ਪਤਾ ਲੱਗਣਾ। ਬਹੁਤ ਗਿਣਤੀ, ਮੈਂ ਸਾਰੇ ਨਹੀਂ ਕਹਿੰਦਾ ਵੀ, ਕਈ ਵਾਰੀ ਮੁੜ ਕੇ ਬਾਅਦ ਵਿੱਚ ਮਾਂ ਪੇ ਸਿੱਖਿਆ ਬਹੁਤ ਸੋਹਣੀ ਦਿੰਦੀ, ਬਾਅਦ ਵਿੱਚ ਨਿਆਣੇ ਵਿਗੜ ਜਾਂਦੇ ਆ, ਪਰ ਬਹੁਤ ਗਿਣਤੀ। ਹੁਣ ਇੱਕ ਬੱਚਾ ਆ, ਉਹ ਇੱਕ ਮਾਤਾ ਪਿਤਾ ਦਾ ਤਾਂ ਬਹੁਤ ਸਤਿਕਾਰ ਕਰ ਰਿਹਾ, ਨਾ ਚਾਚਿਆਂ ਤਾਇਆਂ ਦਾ ਸਤਿਕਾਰ ਕਰਦਾ, ਨਾ ਚਾਚੀਆਂ ਤਾਈਆਂ ਦਾ ਕਰਦਾ, ਨਾ ਮਾਸੀਆਂ ਮਾਸੜਾਂ ਦਾ, ਮਾਮੀਆਂ ਮਾਮਿਆਂ ਦਾ, ਬਾਕੀਆਂ ਸਤਿਕਾਰ ਨਹੀਂ। ਅਗਲੇ ਕੀ ਕਹੂਗੇ ਵੀ ਇਹਨਾਂ ਨੇ ਇਹ ਸਿੱਖਿਆ ਸੀ ਕਿ ਸਾਨੂੰ ਹੀ ਦੇਖੋ, ਬਾਕੀ ਤੁਹਾਡੇ ਮੂਹਰੇ ਕੁਛ ਵੀ ਨਹੀਂ ਗਾ, ਇਹ ਹੈ ਹੀ ਕੱਖ ਨਹੀਂ ਲੱਗਦੇ ਤੁਹਾਡੇ। ਨਹੀਂ, ਸਤਿਕਾਰ ਕਰਨਾ ਤਾਂ ਆਪਣਾ ਫਰਜ਼ ਬਣਦਾ। ਸਭ ਤੋਂ ਪਹਿਲਾਂ ਜੇ ਅਸੀਂ ਕਹਿੰਦੇ ਇਕੱਠੇ ਹੋ ਕੇ ਬੈਠੀਏ, ਸਭ ਤੋਂ ਪਹਿਲਾਂ ਹਰੇਕ ਦਾ ਸਤਿਕਾਰ ਸਾਡੇ ਮਨ 'ਚ ਹੋਣਾ ਚਾਹੀਦਾ ਅੰਦਰੋਂ, ਇਕੱਲਾ ਉੱਪਰ ਉੱਪਰੋਂ ਕਰਕੇ ਨਾ ਦਿਖਾਈਏ। ਮੈਂ ਛੋਟੀ ਜਿਹੀ ਇੱਕ ਗੱਲ ਸਾਂਝੀ ਕਰਨੀ, ਜਿਹੜੀ ਕੁਛ ਸਮਾਂ ਪਹਿਲਾਂ ਜਾਣੀ ਮੇਰੇ ਕੋਲ ਆ ਕੇ ਕਿਸੇ ਨੇ ਕੀਤੀ ਆ, ਜਿਹੜੀ ਉਹ ਬੰਦੇ ਦੇ ਨਾਲ ਬੀਤੀ ਸੀਗੀ।
ਇੱਕ ਸ਼ਿਵਜੀ ਭਗਵਾਨ ਜੀ ਨੂੰ ਮੰਨਦਾ ਪਿਆਰਾ ਬਹੁਤ, ਉਹ ਮੁੰਡਾ ਨੌਜਵਾਨ ਆ ਅਤੇ ਉਸ ਪਿੰਡ ਵਿੱਚ ਹੀ ਗੁਰੂ ਘਰ ਮਹੀਨੇ ਬਾਅਦ ਦੀਵਾਨ ਲੱਗਦਾ ਸੀ, ਸਤਸੰਗ ਹੁੰਦਾ ਸੀ। ਹੁਣ ਜਿਹੜੇ ਨੌਜਵਾਨ ਬੱਚੇ ਗਰਾਊਂਡ ਵਿੱਚ ਇਕੱਠੇ ਖੇਡਦੇ ਆ, ਗਰਾਊਂਡ ਵਿੱਚ ਖੇਡ ਰਹੇ ਆ ਅਤੇ ਉਹ ਜਿਹੜਾ ਸ਼ਿਵਜੀ ਭਗਵਾਨ ਜੀ ਨੂੰ ਮੰਨਦਾ ਸੀ ਅਤੇ ਉਹਨੂੰ ਨੌਜਵਾਨਾਂ ਨੇ ਕਿਹਾ, ਉਹ ਕਹਿੰਦੇ ਵੀ ਆਪਣੇ ਨਾ ਗੁਰੂ ਘਰ ਦੀਵਾਨ ਹੁੰਦਾ ਆ, ਬਈ ਤੂੰ ਵੀ ਆਇਆ ਕਰ। ਉਹ ਕਹਿੰਦਾ ਠੀਕ ਹੈ ਜੀ, ਮੈਂ ਆਊਂਗਾ। ਉਹਨੇ ਹਰੇਕ ਮਹੀਨੇ ਜਾਣਾ, ਇਕੱਲਾ ਸਿਰਫ ਬੈਠਣ ਨਹੀਂ ਜਾਣਾ, ਉੱਥੇ ਸੇਵਾ ਵੀ ਕਰਾਉਣੀ, ਪ੍ਰਸ਼ਾਦਾ ਵਾਧ ਹੋਈ ਵਰਤਾਉਣਾ, ਉਹਨੇ ਨਾਲ ਹੋ ਕੇ ਵਰਤਾਉਣਾ। ਅਖੀਰ ਤੱਕ ਥਾਲ ਗਲਾਸ ਚਮਚਿਆਂ ਦੀ ਗੱਲ ਛੱਡ, ਜਿਹੜੇ ਵੱਡੇ ਭਾਂਡੇ ਹੁੰਦੇ ਆ ਪਤੀਲੇ, ਉਹ ਵੀ ਮਾਂਜ ਕੇ ਆਉਣਾ ਉਹਨੇ। ਅੱਛਾ, ਬਾਅਦ ਵਿੱਚ ਸਮਾਂ ਬੀਤਦਾ ਗਿਆ ਜੀ, ਉਹ ਹਰੇਕ ਮਹੀਨੇ ਜਾਣਾ ਉਹਨੇ। ਉਹਨਾਂ ਨੇ ਮੰਦਰ ਵਿੱਚ ਹੁਣ ਫੰਕਸ਼ਨ ਰੱਖਿਆ ਜਨਮ ਅਸ਼ਟਮੀ ਦਾ। ਹੁਣ ਉਹਨੂੰ ਚਾਅ ਬੜਾ ਸੀ ਵੀ ਜਾਣੀ ਜਿੱਦਾਂ ਹੁਣ ਮੈਂ ਜਾਂਦਾ ਉੱਥੇ ਅਤੇ ਉਹ ਸਾਰੇ ਆਉਣਗੇ। ਉਹਨਾਂ ਨੇ ਇੱਕ ਵਾਰੀ ਕਿਹਾ ਸੀ, ਮੈਂ ਜਾਣਾ ਸ਼ੁਰੂ ਕੀਤਾ। ਅੱਛਾ, ਜਨਮ ਅਸ਼ਟਮੀ ਦਾ ਪ੍ਰੋਗਰਾਮ ਆ ਗਿਆ ਅਤੇ ਉਹਨਾਂ ਨੇ ਉਹ ਜਿਹੜੇ ਹੁਣ ਨੌਜਵਾਨ ਸੀਗੇ ਖੇਡਣ ਉਹਦੇ ਗਰਾਊਂਡ ਵਿੱਚ, ਜਿਹੜੇ ਗੁਰੂ ਘਰ ਜਾਂਦੇ ਸੀ, ਉਹਨਾਂ ਨੂੰ ਕਿਹਾ, ਕਹਿੰਦੇ ਵੀ ਇੱਦਾਂ ਆ ਕਿ ਬੇਨਤੀ ਆ ਵੀ ਜਿੱਦਾਂ ਆਪਾਂ ਇੱਥੇ ਸਾਰੇ ਮਿਲ ਕੇ ਆਪਾਂ ਕਰਦੇ ਨਾ ਪ੍ਰੋਗਰਾਮ ਮਹੀਨੇ ਬਾਅਦ, ਬਹੁਤ ਸੋਹਣਾ ਲੱਗਦਾ ਵੀ ਹੁਣ ਜਨਮ ਅਸ਼ਟਮੀ ਆ ਮੰਦਰ ਵਿੱਚ, ਅਸੀਂ ਰੱਖਿਆ ਪ੍ਰੋਗਰਾਮ, ਤੁਸੀਂ ਜ਼ਰੂਰ ਆਇਓ। ਉਹਨੇ ਨਹੀਂ ਕਿਹਾ ਵੀ ਆ ਕੇ ਚਲੋ ਸੇਵਾ ਕਰਾਇਓ ਜਾਂ ਕੁਛ ਵੀ ਤੁਸੀਂ ਜ਼ਰੂਰ ਆਇਓ। ਉਹਨਾਂ ਨੇ ਮੂਹਰਿਓਂ ਕਿਹਾ, ਕਹਿੰਦੇ ਅਸੀਂ ਆ ਨਹੀਂ ਸਕਦੇ। ਉਹ ਕਹਿੰਦਾ ਵੀ ਕਾਹਤੋਂ? ਕਹਿੰਦਾ ਵੀ ਅਸੀਂ ਤਾਂ ਆ ਹੀ ਨਹੀਂ ਸਕਦੇ, ਬਿਲਕੁਲ ਨਹੀਂ। ਕਹਿੰਦੇ ਅਸੀਂ ਮੰਦਰ ਦੇ ਵਿੱਚ ਪੈਰ ਹੀ ਨਹੀਂ ਪਾ ਸਕਦੇ। ਇਹ ਜਵਾਬ ਸਹੀ ਹੈ? ਅੱਛਾ ਜੀ, ਇੱਕ ਆਪਾਂ ਉੱਦਾਂ ਗੱਲ ਕਰ ਲਈਏ, ਇੱਕ ਸਰਾਸਰੀ ਗੱਲ ਕਰੀਏ, ਜੇ ਤੁਸੀਂ ਮੱਥਾ ਨਹੀਂ ਟੇਕਣਾ ਉੱਦਾਂ ਚਲ ਜਾਂਦੇ ਉਹਦਾ ਕਰਕੇ। ਉਹਨੇ ਕਿਹਾ ਸੀ ਨਾ ਵੀ ਤੁਸੀਂ ਹਰੇਕ, ਉਹ ਜਾਂਦਾ ਸੀ ਨਾ ਹਰੇਕ ਮਹੀਨੇ, ਸ਼ਰਧਾ ਨਾਲ ਜਾਂਦਾ ਸੀ, ਤੁਸੀਂ ਉੱਦਾਂ ਹੀ ਚਲ ਜਾਂਦੇ। ਉੱਥੇ ਜਾ ਕੇ ਸੇਵਾ ਕਰਾਉਣ ਵਿੱਚ ਕੋਈ ਗਲਤੀ ਤਾਂ ਨਹੀਂ ਸੀ? ਉੱਥੇ ਜਾ ਕੇ ਮੱਥਾ ਨਹੀਂ ਟੇਕਣਾ, ਉੱਥੇ ਜਾ ਕੇ ਪ੍ਰਸ਼ਾਦਾ ਛਕੇ ਆਉਂਦੇ, ਉਹਨੂੰ ਇੰਨਾ ਤਾਂ ਹੁੰਦਾ ਕਿ ਇਹ ਆਏ ਹੋਏ ਆ, ਜੇ ਮੈਂ ਜਾਂਦਾ ਤਾਂ ਇਹ ਵੀ ਆਉਂਦੇ ਆ, ਕਿੱਥੇ ਇਕੱਠੇ ਬੈਠਾਂਗੇ ਅਸੀਂ? ਇੱਦਾਂ ਦੀ ਬਿਰਤੀ ਰੱਖ ਕੇ ਇਕੱਠੇ ਬਹਿ ਸਕਦੇ ਹਾਂ? ਕਦੀ ਵੀ ਨਹੀਂ ਬਹਿ ਸਕਦੇ। ਮੈਂ ਕਈ ਵਾਰੀ ਤਾਂ ਸੋਚਦਾ ਨਾ, ਜਾਣੀ ਉਹ ਦੇਵੀ ਦੇਵਤੇ ਤਾਂ ਬਹੁਤ ਵੱਡੀ ਗੱਲ ਆ, ਉਹ ਜਾਣੀ ਮੈਂ ਉਹਨਾਂ ਦੇ ਨਾਲ ਇਹ ਉਦਾਹਰਣ ਨਹੀਂ ਸਾਂਝੀ ਕਰਨ ਲੱਗਾ, ਉੱਦਾਂ ਮੈਂ ਗੱਲ ਕਰਦਾ ਵੀ ਸਾਡੇ ਰਿਸ਼ਤੇਦਾਰ ਹੁੰਦੇ ਆ, ਕਈ ਨਸ਼ੇ ਪੱਤੇ ਕਰਨ ਵਾਲੇ ਵੀ ਹੁੰਦੇ ਆ, ਅਸੀਂ ਉਹਨਾਂ ਦੇ ਘਰ ਨਹੀਂ ਜਾਂਦੇ, ਉਹਨਾਂ ਨੂੰ ਛੱਡ ਦੇਈਦਾ, ਉਹਨਾਂ ਦੇ ਵਿਆਹ ਸ਼ਾਦੀ 'ਤੇ ਨਹੀਂ ਜਾਈਦਾ, ਦੁੱਖ ਸੁੱਖ ਵਿੱਚ ਨਹੀਂ ਜਾਈਦਾ। ਦੇਵੀ ਦੇਵਤਿਆਂ ਦੇ ਨਾਲ ਨਹੀਂ, ਮੈਂ ਇਹ ਰਲਾਉਂਦਾ ਨਹੀਂ ਗੱਲ, ਮੈਂ ਇਹ ਵਾਰ ਵਾਰ ਕਹਿੰਦਾ, ਜਾਣੀ ਉਹ ਤਾਂ ਬਹੁਤ ਵੱਡੀ ਗੱਲ ਆ, ਉੱਥੇ ਜਾਣੀ ਕੀ ਘਟਣ ਕੀ ਲੱਗਾ ਸੀ ਸਾਡਾ ਜਾ ਕੇ। ਅੱਛਾ, ਉਹ ਜਿਹੜਾ ਬੱਚਾ ਨੌਜਵਾਨ ਹਰੇਕ ਮਹੀਨੇ ਦੀਵਾਨ ਸੁਣਨ ਵਾਸਤੇ ਜਾਂਦਾ ਸੀ, ਸੇਵਾ ਕਰਾਉਣ ਵਾਸਤੇ ਜਾਂਦਾ ਸੀ, ਉਹ 'ਤੇ ਕੀ ਪ੍ਰਭਾਵ ਪਿਆ? ਉਹਨੂੰ ਕਿੰਨਾ ਕੁ ਵਧੀਆ ਲੱਗਾ? ਉਹ ਸਿੱਧਾ ਹੀ ਮੇਰੇ ਕੋਲ ਆਇਆ ਮੁੜ ਕੇ, ਮੈਨੂੰ ਤਾਂ ਗੱਲ ਦਾ ਪਤਾ, ਉਹ ਮੈਨੂੰ ਆ ਕਹਿੰਦਾ, ਕਹਿੰਦਾ ਜੀ ਇੱਦਾਂ ਹੋਇਆ। ਮੈਂ ਕਿਹਾ ਮੂਰਖ ਆ, ਬਿਲਕੁਲ ਮੈਂ ਕਿਹਾ ਗਲਤ ਆ, ਰਹਿ ਗਿਆ ਉਹ। ਜੇ ਇਕੱਠੇ ਬੈਠਣ ਦੀ ਗੱਲ ਕਰਦੇ, ਪਹਿਲਾਂ ਸਾਰਿਆਂ ਦਾ ਸਤਿਕਾਰ ਮਨ ਵਿੱਚ ਰੱਖਣਾ ਪੈਣਾ, ਉਨ੍ਹਾਂ ਚਿਰ ਬਹਿ ਹੀ ਨਹੀਂ ਸਕਦੇ ਅਸੀਂ। ਮੈਂ ਕਿਹਾ ਉਹ ਸਿਰੇ ਦੇ ਮੂਰਖ ਆ, ਵੀ ਤੇਰੀ ਗਲਤੀ ਨਹੀਂ, ਗਲਤੀ ਉਹਨਾਂ ਦੀ ਆ। ਅੱਛਾ, ਉਹਨਾਂ ਨੇ ਜਿਹੜੀ ਇਹ ਗੱਲ ਕਹੀ ਕਿ ਅਸੀਂ ਜਾ ਨਹੀਂ ਸਕਦੇ, ਪੈਰ ਹੀ ਨਹੀਂ ਪਾ ਸਕਦੇ ਮੰਦਰ ਦੇ ਵਿੱਚ, ਇੱਥੇ ਇੱਕ ਸੋਚਣ ਵਾਲੀ ਗੱਲ ਆ, ਉਹਦੇ ਦਿਮਾਗ 'ਚ ਕੀ ਆਇਆ ਹੋਊ ਵੀ ਗੁਰੂ ਘਰ ਵਾਲਿਆਂ ਦੀ ਬਿਰਤੀ ਕਿੱਦਾਂ ਦੀ ਹੁੰਦੀ ਆ? ਅੱਛਾ ਜੀ, ਅਸੀਂ ਨਹੀਂ ਜਾਣਾ, ਫਿਰ ਉਹਨੂੰ ਕੀ ਕਰਨ ਨੂੰ ਕਹਿੰਦੇ ਸੀ ਵੀ ਆਇਆ ਕਰ ਹਰੇਕ ਮਹੀਨੇ? ਇੱਕ ਗੱਲ ਹੋਰ ਸੋਚਣ ਵਾਲੀ ਆ, ਗਰਾਊਂਡ ਵਿੱਚ ਖੇਡਦੇ ਸਾਰੇ ਬੱਚੇ, ਭਗਵਾਨ ਵਾਲਮੀਕ ਮਹਾਰਾਜ ਨੂੰ ਮੰਨਣ ਵਾਲੇ,
ਸਤਿਗੁਰ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਣ ਵਾਲੇ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮੰਨਣ ਵਾਲੇ, ਸ਼ਿਵਜੀ ਭਗਵਾਨ ਜੀ ਨੂੰ ਮੰਨਣ ਵਾਲੇ ਸਾਰੇ ਖੇਡ ਰਹੇ ਗਰਾਊਂਡ ਦੇ ਵਿੱਚ। ਉੱਥੇ ਕੋਈ ਗੱਲ ਨਹੀਂ ਚੱਲ ਰਹੀ, ਸਾਰੇ ਇਕੱਠੇ ਹੋ ਕੇ ਖੇਡ ਰਹੇ ਆ। ਅੱਛਾ, ਜਦੋਂ ਆਈ ਗੱਲ ਵੀ ਹਾਂ ਵੀ ਤੂੰ ਗੁਰਦੁਆਰੇ ਸਾਹਿਬ ਆਉਣਾ, ਤੂੰ ਮੰਦਰ ਆਉਣਾ, ਉਹ ਕਹਿੰਦਾ ਨਹੀਂ ਮੈਂ ਨਹੀਂ ਆ ਸਕਦਾ। ਅੱਛਾ, ਉੱਥੇ ਫਿਰ ਕੀ ਸਾਨੂੰ ਸਾਂਝ ਪਤਾ ਲੱਗਦਾ ਵੀ ਗਰਾਊਂਡ ਜਿਹੜੀ ਆ, ਖੇਡ ਦਾ ਸਥਾਨ ਆ, ਉੱਥੇ ਸਾਰੇ ਇਕੱਠੇ ਆ, ਅਤੇ ਜਦੋਂ ਕਿ ਧਾਰਮਿਕ ਸਥਾਨ ਦੀ ਗੱਲ ਆਉਂਦੀ ਉੱਥੇ ਫਿਰ ਇਕੱਠੇ ਹੋਣ ਦੀ ਗੱਲ ਹੀ ਹੈ ਨਹੀਂ ਸਾਡੇ ਅੰਦਰ, ਅਤੇ ਸਿੱਖਿਆ ਕਿੱਥੇ ਵਧੀਆ ਮਿਲੀ ਸਾਨੂੰ? ਗਰਾਊਂਡ ਵਿੱਚ ਤਾਂ ਇਕੱਠੇ ਸੀਗੇ, ਜਦੋਂ ਗੁਰੂ ਘਰ ਜਾਣ ਲੱਗੇ ਤਾਂ ਉੱਥੇ ਵੱਖਰੇ ਵੱਖਰੇ ਹੋ ਗਏ। ਜੋ ਧਰਮ ਦੀ ਗੱਲ ਆਈ, ਇਹ ਧਰਮ ਨਹੀਂ ਹੁੰਦਾ। ਮੈਂ ਪਹਿਲਾਂ ਵੀ ਕਿਹਾ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਚੰਗੇ ਕੰਮ ਕਰੀਏ, ਮਹਾਰਾਜ ਦਾ ਨਾਮ ਜਪੀਏ, ਸਭ ਤੋਂ ਉੱਚੇ ਧਰਮ ਹੀ ਆ ਆਪਾਂ। ਬਾਲੀ ਇਹ ਦਿਖਾਉਣ ਦੀ ਲੋੜ ਨਹੀਂ ਕਿ ਮੈਂ ਕਿਹੜੇ ਧਰਮ 'ਚੋਂ ਹਾਂ, ਇਹ ਨਹੀਂ ਦੱਸਣ ਦੀ ਲੋੜ ਨਹੀਂ ਹੁੰਦੀ। ਤੁਹਾਡੇ ਕੰਮ ਦੱਸੂਗੇ, ਤੁਹਾਡੀ ਸੋਚ ਦੱਸੂਗੀ ਤੁਸੀਂ ਕਿੰਨੇ ਕੁ ਵਧੀਆ ਇਨਸਾਨ ਹੋ। ਉਹ ਚੀਜ਼ ਨੇ ਮੇਤੇ ਇੰਨਾ ਅਸਰ ਕੀਤਾ, ਮੈਂ ਕਿਹਾ ਹੱਦ ਹੋ ਗਈ, ਇਹ ਬੱਚਾ ਸੋਚਦਾ ਕੀ ਹੋਊ, ਉਹ ਮੇਰੇ ਕੋਲ ਕਾਹਤੋਂ ਆਇਆ ਭੱਜਿਆ। ਇਹ ਜਾਣੀ ਮੈਂ ਪਤਾ ਕਰਾਂ ਵੀ ਇੱਦਾਂ ਦੀ ਬਿਰਤੀ ਹੁੰਦੀ ਜਿਹੜੇ ਗੁਰਦੁਆਰੇ ਸਾਹਿਬ ਜਾਂਦੇ, ਇੱਦਾਂ ਦੀ ਹੁੰਦੀ ਬਿਰਤੀ। ਇਹ ਹਰੇਕ ਵਾਸਤੇ ਆ, ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਗੁਰਦੁਆਰੇ ਸਾਹਿਬ ਜਾਂਦਾ, ਮੈਂ ਕਰੇ ਗੁਰਦੁਆਰੇ ਸਾਹਿਬ ਜਿਹੜੇ ਜਾਂਦੇ ਉਹਨਾਂ 'ਤੇ ਗੱਲ ਇਹ ਲਾਉਣਾ, ਜਿਹੜਾ ਵੀ ਕਿਤੇ ਵੀ ਜਾਂਦਾ ਜੇ ਉਹ ਕਿਸੇ ਨੂੰ ਸੱਦ ਰਿਹਾ ਤਾਂ ਉਹਦਾ ਫਰਜ਼ ਬਣਦਾ ਉੱਥੇ ਜਾਣ ਦਾ ਵੀ, ਅਤੇ ਜਾਣਾ ਵੀ ਚਾਹੀਦਾ। ਨਹੀਂ ਤੇਰੇ ਮਨ 'ਚ ਮੱਥਾ ਟੇਕਣਾ ਨਾ ਟੇਕ, ਉੱਥੇ ਬਹਿ ਤਾਂ ਸਕਦਾ ਨਾ ਜਾ ਕੇ, ਉੱਥੇ ਚੰਗੀ ਗੱਲ ਸੁਣ ਤਾਂ ਸਕਦਾ ਨਾ ਜਾ ਕੇ, ਉੱਥੇ ਜਾ ਕੇ ਪ੍ਰਸ਼ਾਦਾ 'ਤੇ ਵਰਤਾ ਸਕਦਾ, ਉੱਥੇ ਜਾ ਕੇ ਇੰਨਾ ਕੁ ਤਾਂ ਤੂੰ ਕਰ ਹੀ ਸਕਦਾ ਕਿ ਉੱਥੇ ਜਾ ਕੇ ਪ੍ਰਸ਼ਾਦਾ ਛੱਕ ਹੀ ਲਵੇਂ। ਇੰਨੀ ਨਫ਼ਰਤ ਗੁਰੂ ਸਾਹਿਬ ਨੇ ਸਾਡੇ ਅੰਦਰ ਭਰੀ ਹੈ, ਗੁਰੂ ਸਾਨੂੰ ਆਹ ਸਿਖਾ ਗਿਆ ਕਿ ਇੰਨੀ ਨਫ਼ਰਤ ਕਰੀ, ਜਿਹੜਾ ਮੈਨੂੰ ਮੰਨਦਾ ਉਹਨੂੰ ਮੰਨੀ, ਜਿਹੜਾ ਮੈਨੂੰ ਨਹੀਂ ਮੰਨਦਾ ਉਹਨਾਂ ਇੰਨੀ ਨਫ਼ਰਤ ਰੱਖੀ। ਇਹ ਸਿਖਾ ਗਿਆ ਮਹਾਰਾਜ ਸਾਨੂੰ, ਪਿਆਰ ਸਿਖਾ ਕੇ ਗਏ ਆ, ਪ੍ਰੇਮ ਸਿਖਾ ਕੇ ਗਿਆ ਮਹਾਰਾਜ ਜੀ ਸਾਨੂੰ। ਆਹ ਚੀਜ਼ਾਂ ਤਾਂ ਸਿਖਾਈਆਂ ਨਹੀਂ ਜਿਹੜੀਆਂ ਅਸੀਂ ਲੈ ਕੇ ਬਹਿ ਗਏ। ਮੈਂ ਕਈ ਵਾਰੀ ਇਹ ਮੈਂ ਨੋਟ ਕਰਦਾ ਹੁੰਦਾ ਇਹ ਗੱਲਾਂ। ਦੇਖੋ ਅਸੀਂ ਜਦੋਂ ਨਗਰ ਕੀਰਤਨ ਕੱਢਦੇ ਹਾਂ ਨਾ, ਦੇਖੋ ਆਮ ਇਹ ਗੱਲ ਆ, ਜੀ ਕਹੋਗੇ ਤਾਂ ਜੀ ਕਹਾਉਂਗੇ, ਇਹ ਕਹਿੰਦੇ ਆ ਨਾ ਆਪਾਂ ਨੂੰ। ਨਗਰ ਕੀਰਤਨ ਹੁੰਦਾ ਹੈ ਅਤੇ ਨਗਰ ਕੀਰਤਨ ਵਿੱਚ ਥਾਂ ਥਾਂ 'ਤੇ ਪੜਾ ਲੱਗਦੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਸਾਹਿਬ ਜਾਂਦੇ ਤੁਸੀਂ ਦੇਖੋ ਸੰਗਤ ਹਰੇਕ ਸਤਿਕਾਰ ਕਰਦੀ, ਹਰੇਕ ਸੰਗਤ ਸਤਿਕਾਰ ਕਰਦੀ ਹੈ। ਮੈਂ ਨਹੀਂ ਕਹਿਣਾ ਤੁਸੀਂ ਆਪਣੇ ਮਨਾਂ 'ਚ ਹੱਥੀਆਂ ਮਾਰਿਓ ਕਿ ਜਦੋਂ ਕੋਈ ਹੋਰ ਧਾਰਮਿਕ ਗ੍ਰੰਥ ਦਾ, ਭਗਵਾਨ ਵਾਲਮੀਕ ਮਹਾਰਾਜ ਦਾ ਜਦੋਂ ਨਗਰ ਕੀਰਤਨ ਹੁੰਦਾ, ਸ਼ੋਭਾ ਯਾਤਰਾ ਹੁੰਦੀ ਆ, ਉਸ ਟਾਈਮ ਜਾਂ ਸ਼੍ਰੀ ਯੋਗ ਵਿਸ਼ਿਸ਼ਟ ਸਾਹਿਬ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਂਦੇ ਆ, ਜਾਂ ਸ਼੍ਰੀ ਕੌਮੀ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਂਦੇ ਆ। ਅੱਛਾ, ਉਹ ਸਤਿਕਾਰ ਅਸੀਂ ਗੁਰਦੁਆਰੇ ਸਾਹਿਬ ਜਦੋਂ ਪੜਾਅ ਲੱਗਦੇ ਆ ਗੁਰੂ ਘਰਾਂ ਵਿੱਚ, ਤਾਂ ਉਹ ਸਤਿਕਾਰ ਅਸੀਂ ਦਿੰਦੇ ਜੋ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੰਦੀਆਂ। ਅਸੀਂ ਕਦੀ ਉੱਥੇ ਸੀਸ ਝੁਕਾਇਆ? ਆਪਣੇ ਮਨਾਂ 'ਚ ਆਪ ਹੀ ਝਾਤੀ ਮਾਰ ਲਿਓ, ਆਪਣੇ ਦਿਮਾਗ ਨਾਲ ਸੋਚ ਕੇ ਦੇਖ ਲਿਓ, ਕਦੀ ਉਹ ਸਤਿਕਾਰ ਦਿੱਤਾ? ਸੰਗਤਾਂ ਤਾਂ ਸਾਰੀਆਂ ਦਿੰਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਤਿਕਾਰ, ਆਪਾਂ ਕਦੀ ਦਿੱਤਾ? ਅੱਛਾ, ਉਹਨਾਂ ਦੇ ਦਿਮਾਗ 'ਚ ਫਿਰ ਕੀ ਗੱਲ ਚੱਲੂਗੀ? ਉਹ ਸੰਗਤਾਂ ਦੇ ਦਿਮਾਗ ਵਿੱਚ ਕੀ ਗੱਲ ਚੱਲੂਗੀ? ਬਹਿ ਸਕਦੇ ਇਕੱਠੇ ਇਹਨਾਂ ਕਰਤੂਤਾਂ ਦੇ ਨਾਲ ਜਿਹੜੀਆਂ ਅਸੀਂ ਕਰ ਰਹੇ ਕਰਤੂਤਾਂ, ਇਹਨਾਂ ਦੇ ਨਾਲ ਅਸੀਂ ਕਦੀ ਇਕੱਠੇ ਬਹਿ ਸਕਦੇ? ਕਦੀ ਵੀ ਨਹੀਂ ਬਹਿ ਸਕਦੇ। ਪਹਿਲਾਂ ਇਹ ਚੀਜ਼ਾਂ ਸੁਧਾਰ ਲਿਆਉਣਾ ਪੈਣਾ, ਇਹ ਛੋਟੀਆਂ ਗੱਲਾਂ ਨਹੀਂ, ਇਹ ਬਹੁਤ ਜ਼ਿਆਦੀਆਂ ਵੱਡੀਆਂ। ਜਿੰਨਾ ਚਿਰ ਇਹਨਾਂ ਵਿੱਚ ਸੁਧਾਰ ਨਹੀਂ ਲਿਆਉਂਦੇ ਅਸੀਂ ਕਦੇ ਵੀ ਨਹੀਂ ਇਕੱਠੇ ਬਹਿ ਸਕਦੇ, ਪਰ ਜਿੱਥੇ ਸੁਧਾਰ ਲਿਆਉਂਦਾ ਉੱਥੇ ਇਕੱਠੇ ਬਹਿ ਹੁੰਦਾ ਆ। ਉਹ ਸਾਰੀਆਂ ਸੰਗਤਾਂ ਨੂੰ ਵੀ ਪਤਾ ਜਿੱਥੇ ਇਹ ਚੀਜ਼ਾਂ ਦਾ ਸੁਧਾਰ ਆ। ਅਤੇ ਮੈਂ ਫਿਰ ਕਹਿਣ ਲੱਗਾ ਸਮਾਪਤੀ 'ਤੇ, ਇਹ ਸਿਰਫ ਮੈਂ ਇੱਕ ਜਿਹੜੇ ਗੁਰਦੁਆਰੇ ਸਾਹਿਬ ਜਾਂਦੇ, ਮੈਂ ਇੱਕ ਹਾਂ ਉਦਾਹਰਨ ਵਜੋਂ ਇਹ ਗੱਲ ਸਾਂਝੀ ਕਰ ਰਿਹਾ।
ਚਾਹੇ ਅਸੀਂ ਭਗਵਾਨ ਵਾਲਮੀਕ ਮਹਾਰਾਜ ਦੇ ਅਸਥਾਨ 'ਤੇ ਜਾਂਦੇ, ਚਾਹੇ ਅਸੀਂ ਮੰਦਰ ਵਿੱਚ ਜਾਂਦੇ ਹਾਂ, ਚਾਹੇ ਅਸੀਂ ਜਾਂਦੇ ਹਾਂ ਗੁਰਦੁਆਰੇ ਸਾਹਿਬ, ਬਿਰਤੀ ਜਿਹਦੀ ਖਰਾਬ ਆ ਉਹ ਹਰ ਪਾਸੇ ਗਲਤ ਹੀ ਆ। ਇਹ ਤਾਂ ਮੈਂ ਗੱਲ ਕੀਤੀ ਸੀ ਨਾ ਵੀ ਜਿਹੜਾ ਗੁਰੂ ਘਰ ਜਾਂਦਾ ਉਹਨੇ ਕਹਿ ਤਾ ਕਿ ਨਹੀਂ ਬਈ ਤੂੰ ਆ ਸਕਦਾ ਅਸੀਂ ਨਹੀਂ ਜਾ ਸਕਦੇ, ਉਹ ਗਲਤ ਆ ਬੰਦੇ ਉੱਥੇ। ਇੱਦਾਂ ਹੀ ਹੋਰ ਬੰਦਾ ਜੇ ਕੋਈ ਮੰਦਰ ਜਾਣ ਵਾਲਾ ਭਗਵਾਨ ਵਾਲਮੀਕ ਮਹਾਰਾਜ ਦੇ ਸਥਾਨ 'ਤੇ ਜਾਣ ਵਾਲਾ ਕੋਈ ਵੀ ਆ ਕਿਸੇ ਨੂੰ ਮੰਨਣ ਵਾਲਾ, ਉਹ ਜੇ ਸਾਦਾ ਤਾਂ ਵੀ ਜਾਣ ਵਿੱਚ ਜੇ ਕਹਿ ਰਹੇ ਹਾਂ ਅਸੀਂ ਇੱਥੇ ਆਓ ਤਾਂ ਫਿਰ ਸਾਡਾ ਨਹੀਂ ਫਰਜ਼ ਬਣਦਾ ਉੱਥੇ ਜਾਣ ਦਾ। ਅਸੀਂ ਕਦੀ ਵੀ ਨਹੀਂ ਇਕੱਠੇ ਬਹਿ ਸਕਦੇ ਜਿੰਨਾ ਚਿਰ ਸਾਰੇ ਮਹਾਂਪੁਰਖਾਂ ਪ੍ਰਤੀ, ਗੁਰੂਆਂ ਪ੍ਰਤੀ, ਭਗਵਾਨ ਜੀ ਪ੍ਰਤੀ, ਅਵਤਾਰਾਂ ਪ੍ਰਤੀ ਸਾਡੇ ਅੰਦਰ ਸਤਿਕਾਰ ਨਹੀਂ ਆਉਂਦਾ। ਤੁਸੀਂ ਆਹ ਯੂਟਿਊਬ ਫਰੋਲ ਕੇ ਦੇਖ ਲਿਓ, ਪਤਾ ਨਹੀਂ ਕੀ ਕੁਛ ਅਸੀਂ ਅਵਤਾਰਾਂ ਬਾਰੇ ਬੋਲਿਆ ਹੁੰਦਾ। ਕਿੱਥੇ ਇਕੱਠੇ ਬਹਿ ਜਾਓਗੇ ਜਿਹੜੇ ਉਹਨਾਂ ਨੂੰ ਮੰਨਦੇ ਆ, ਜਿਹੜੇ ਕਹਿੰਦੇ ਕਿ ਉਹ ਸਾਡੇ ਹੈ ਰੱਬ ਆ, ਉਹਨਾਂ ਦੇ ਜਾਣੀ ਅੰਦਰ ਕੀ ਚੱਲਦੀਆਂ ਹੋਗੀਆਂ ਸਾਡੇ ਪ੍ਰਤੀ ਗੱਲਾਂ? ਉਹ ਸਾਡੇ ਨਾਲ ਬਹਿ ਜੂਗੇ, ਉਹਨਾਂ ਕਹਿਣਾ ਤੁਸੀਂ ਤਾਂ ਆਪਣੀਆਂ ਕਰਤੂਤਾਂ ਦੇਖੀਆਂ, ਆਪਣੀ ਬੋਲੀ ਦੇਖੀ ਕਦੀ? ਜਿੱਦਾਂ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਬੀਬੀ ਗੁਰੂ ਘਰ ਜਾਂਦੀ ਸੀਗੀ, ਉਹ ਆਪਣੇ ਘਰ ਵਾਲੇ ਨੂੰ ਕਿਹਾ ਕਰੇ ਵੀ ਰੋਜ਼ ਗੁਰਦੁਆਰੇ ਸਾਹਿਬ ਜਾਣ ਲੱਗੀ ਨਾ ਕਹਿਣਾ ਆਜੋ ਚੱਲੀਏ ਗੁਰੂ ਘਰ। ਉਹ ਕਹਿੰਦਾ ਵੀ ਨਹੀਂ ਮੈਂ ਮੰਦਰ ਜਾਂਦਾ। ਹੁਣ ਧਿਆਨ ਨਾਲ ਸੁਣ ਲਿਓ ਗੱਲ, ਮੈਨੂੰ ਯਾਦ ਆ ਗਈ ਚੱਲਦੀ ਚੱਲਦੀ ਗੱਲ 'ਚ। ਨਹੀਂ ਕਹਿੰਦਾ ਮੈਂ ਗੁਰੂ ਘਰ ਮੈਂ ਮੰਦਰ ਜਾਂਦਾ। ਉਹ ਕਹਿੰਦੇ ਵੀ ਚਲੋ ਫਿਰ ਕਿਉਂ, ਇੱਕੋ ਹੀ ਚੀਜ਼ ਆ ਵੀ ਆਪਾਂ ਗੁਰਦੁਆਰੇ ਸਾਹਿਬ ਚੱਲ ਜਾਂਦੇ ਹਾਂ। ਇੱਕ ਦਿਨ ਸੀ ਉੱਥੇ ਕੀਰਤਨ ਦਰਬਾਰ ਸੀਗਾ, ਅਤੇ ਉਹ ਕਹਿੰਦੀ ਵੀ ਚਲੋ ਅੱਜ ਇੱਕ ਸਪੈਸ਼ਲ ਦਿਨ ਆ ਵੀ ਕੀਰਤਨ ਦਰਬਾਰ ਆ ਵੀ ਉੱਥੇ ਬਹੁਤ ਪ੍ਰਚਾਰਕ ਆਏ ਹੋਣੇ, ਅੱਜ ਹੀ ਆ ਜਾਓ। ਉਹ ਕਹਿੰਦਾ ਚਲੋ ਹਾਂ ਠੀਕ ਆ ਵੀ ਫਿਰ ਕੀ ਚੱਲ ਜਾਂਦੇ ਹਾਂ ਵੀ ਮੈਂ ਮੰਦਰ ਜਾਂਦਾ ਕੀਰਤਨ ਦਰਬਾਰ ਆ, ਨਾਲੇ ਮੇਰੇ ਘਰ ਵਾਲੀ ਰੋਜ਼ ਕਹਿੰਦੀ ਆ ਮੈਂ ਜਾ ਕੇ ਆਉਂਦਾ, ਨਾਲੇ ਉੱਥੇ ਦਾ ਮਾਹੌਲ ਦੇਖਦਾ। ਇਹ ਦੇਖਿਓ ਸਾਡਾ ਪ੍ਰਭਾਵ ਕੀ ਸਾਡੇ 'ਤੇ ਪੈਂਦਾ, ਕਿਸੇ ਲਈ ਪ੍ਰਭਾਵ ਕੀ ਪੈਂਦਾ। ਅੱਛਾ ਉਹਨੇ ਜਾ ਕੇ ਮੱਥਾ ਟੇਕਿਆ ਤਾਂ ਮੂਹਰੇ ਬਹਿ ਗਿਆ ਨੂੰ ਚਾਹ ਬੜਾ ਵੀ ਇੰਨੀ ਸੋਹਣੀ ਆ ਡੈਕੋਰੇਸ਼ਨ ਕੀਤੀ ਹੋਈ ਆ, ਉਹ ਇੰਨਾ ਸੋਹਣਾ ਲੱਗਦਾ ਗੁਰੂ ਘਰ, ਮੈਨੂੰ ਆਉਣਾ ਚਾਹੀਦਾ ਸੀ। ਮੇਰੇ ਘਰ ਵਾਲੀ ਰੋਜ਼ ਕਹਿੰਦੀ ਮੈਂ ਆਉਂਦਾ ਨਹੀਂ ਸੀ, ਆਉਣਾ ਚਾਹੀਦਾ ਸੀ ਮੈਨੂੰ। ਅੱਛਾ ਉਹ ਜਦੋਂ ਹੈ ਨਾ ਇੱਦਾਂ ਜਾ ਕੇ ਮੂਹਰੇ ਬਹਿ ਗਿਆ ਚਾਹ ਦੇ ਵਿੱਚ, ਮੂਹਰੇ ਪ੍ਰਚਾਰਕ ਲੱਗਾ, ਕਹਿੰਦਾ ਇੱਦਾਂ ਹੁੰਦੀਆਂ ਗੱਲਾਂ ਬਾਤਾਂ ਪ੍ਰਚਾਰਕ ਕਰੇ ਅਤੇ ਗੁਰੂ ਸਾਹਿਬ ਸਾਨੂੰ ਇੱਦਾਂ ਕਹਿੰਦੇ ਆ, ਅਤੇ ਇੱਦਾਂ ਹੱਥ ਇੱਦਾਂ ਮੋਹਰ ਨੂੰ ਕਰਕੇ ਕਹਿੰਦਾ ਇਹਨਾਂ ਮੋਨਿਆਂ ਘੋਨਿਆਂ ਨੂੰ ਕੀ ਪਤਾ ਕਹਿੰਦਾ ਕਿ ਗੁਰੂ ਸਾਹਿਬ ਕੀ ਕਹਿੰਦੇ ਹੁੰਦੇ। ਅੱਛਾ ਕੀ ਪ੍ਰਭਾਵ ਪਿਆ ਉਸ ਗੱਲ ਦਾ? ਉਹਨੇ ਬਾਹਰ ਨਿਕਲਦੇ ਨੇ ਕਿਹਾ ਕਹਿੰਦਾ ਬਹੁਤ ਸਾਰਾ ਕੁਛ ਵਧੀਆ ਪਰ ਕਹਿੰਦਾ ਪ੍ਰਚਾਰਕ ਨਹੀਂ ਵਧੀਆ, ਅਤੇ ਕਹਿੰਦਾ ਅੱਜ ਤੋਂ ਬਾਅਦ ਮੈਨੂੰ ਕਹੀਂ ਨਾ ਗੁਰੂ ਘਰ ਆਉਣ ਦਾ। ਇੱਦਾਂ ਅਸੀਂ ਇਕੱਠੇ ਬਿਠਾਵਾਂਗੇ ਆਹ ਸਾਡੀ ਬੋਲੀ, ਆਹ ਬੋਲੀ ਵਾਲੀ ਆ ਹੈ ਸਾਡੇ ਅੰਦਰ, ਆਹ ਕਰਤੂਤਾਂ ਹੈ ਵਧੀਆ ਵੀ ਜਾਣੀ ਅਸੀਂ ਇਕੱਠੇ ਬੈਠ ਸਕੀਏ। ਅਸੀਂ ਇਹ ਬਹੁਤ ਕਹਿੰਦੇ ਹਾਂ ਫਲਾਨਾ ਇੱਦਾਂ ਕਰਦਾ, ਫਲਾਨਾ ਸਾਡੇ ਧਰਮ ਦੇ ਬਾਰੇ ਇੱਦਾਂ ਕਹਿੰਦਾ, ਸਭ ਤੋਂ ਜ਼ਿਆਦਾ ਅਸੀਂ ਕਹਿ ਰਹੇ ਹਾਂ ਦੂਸਰਿਆਂ ਨੂੰ ਸਭ ਤੋਂ ਜ਼ਿਆਦਾ। ਇਸ ਕਰਕੇ ਜਿੰਨਾ ਚਿਰ ਇਹ ਚੀਜ਼ਾਂ ਸੁਧਾਰ ਨਹੀਂ ਆਉਂਦਾ ਅਸੀਂ ਕਦੇ ਵੀ ਇਕੱਠੇ ਨਹੀਂ ਬਹਿ ਸਕਦੇ। ਜਿੱਥੇ ਸੁਧਾਰ ਆਇਆ ਆ ਉੱਥੇ ਤੁਸੀਂ ਸਾਰਿਆਂ ਨੂੰ ਇਕੱਠੇ ਬੈਠਿਆਂ ਨੂੰ ਦੇਖੋਗੇ।